ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ੁਰਾਹਟ ਲੁੰਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਪ੍ਰਾਪਤ ਕਰੋ ਔਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ ਪੜ੍ਹਾਂਗੇ ਫੰਡਾਮੈਂਟਲ ਡਿਊਟੀਆਂ ਮੌਲਿਕ ਕਰਤੱਵ ਅਸੀਂ ਆਪਣੇ ਪਿਛਲੀ ਵੀਡੀਓ ਦੇ ਵਿੱਚ ਮੌਲਿਕ ਅਧਿਕਾਰਾਂ ਬਾਰੇ ਪੜ ਚੁੱਕੇ ਆ ਤੇ ਅੱਜ ਦਾ ਸਾਡਾ ਟੌਪਿਕ ਹੈ ਮੌਲਿਕ ਕਰਤੱਵ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਜਦੋਂ ਭਾਰਤੀ ਸੰਵਿਧਾਨ ਦਾ ਨਿਰਮਾਣ ਹੋਇਆ ਤਾਂ ਇਸ ਵਿੱਚ ਮੌਲਿਕ ਅਧਿਕਾਰ ਤਾਂ ਅੰਕਿਤ ਕੀਤੇ ਗਏ ਪਰ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਕਰਤਵਾਂ ਦੀ ਕੋਈ ਵਿਵਸਥਾ ਨਾ ਕੀਤੀ ਗਈ 1976 ਵਿੱਚ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਭਾਰਤੀ ਸੰਵਿਧਾਨ ਵਿੱਚ ਇੱਕ ਨਵਾਂ ਭਾਗ 4 ए मौलिक कर्तव्य ਅੰਕਿਤ ਕੀਤਾ ਗਿਆ ਇਸ ਨਵੇਂ ਭਾਗ ਵਿੱਚ ਭਾਰਤੀ ਨਾਗਰਿਕਾਂ ਦੇ 10 ਪ੍ਰਕਾਰ ਦੇ ਮੌਲਿਕ ਕਰਤਵ ਅੰਕਿਤ ਕੀਤੇ ਗਏ ਸਨ ਤੇ ਜਿਹੜਾ ਜੇਕਰ ਗੱਲ ਕਰੀਏ ਤਾਂ ਜਿਹੜਾ ਜਦੋਂ ਸੰਵਿਧਾਨ ਦਾ ਨਿਰਮਾਣ ਹੋਇਆ ਬਹੁਤ ਵਾਰੀ ਇਹ ਕੁਐਸਚਨ ਪੁੱਛ ਵੀ ਲੈ ਜਾਂਦਾ ਕਿ ਜਦੋਂ ਭਾਰਤੀ ਸੰਵਿਧਾਨ ਦਾ ਨਿਰਮਾਣ ਹੋਇਆ ਸੀ ਤਾਂ ਉਹਦੇ ਵਿੱਚ ਮੌਲਿਕ ਕਰਤਵ ਅੰਕਿਤ ਸਨ ਨਹੀਂ ਬਿਲਕੁਲ ਨਹੀਂ ਜਦੋਂ ਸੰਵਿਧਾਨ ਦਾ ਨਿਰਮਾਣ ਹੋਇਆ ਉਦੋਂ ਭਾਗ ਤੀਜੇ ਵਿੱਚ ਮੌਲਿਕ ਅਧਿਕਾਰ ਤਾਂ ਸ਼ਾਮਲ ਕੀਤੇ ਗਏ ਸੀ ਪਰ ਮੌਲਿਕ ਕਰਤਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ ਤਾਂ ਇਹ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿਦਾਂ ਕਿ ਉਦੋਂ ਨਹੀਂ ਸਨ ਉਸ ਤੋਂ ਬਾਅਦ ਮੌਲਿਕ ਕਰਤਵਾਂ ਨੂੰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ 1976 ਦੇ ਵਿੱਚ 42ਵੀਂ ਸੰਵਿਧਾਨਕ ਸੋਧ ਦੁਆਰਾ ਇੱਕ ਨਵਾਂ ਭਾਗ ਐਡ ਕੀਤਾ ਗਿਆ ਜੀ 4th A ਔਰ ਉਸ ਤੋਂ ਬਾਅਦ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਮੌਲਿਕ ਅਧਿਕਾਰ ਜਿਹੜੇ ਅੰਕਿਤ ਕੀਤੇ ਗਏ ਹਨ 4th A ਦੇ ਵਿੱਚ ਇਸ ਨਵੇਂ ਭਾਗ ਵਿੱਚ 10 ਪ੍ਰਕਾਰ ਦੇ ਹੁਣ ਇਸ ਗੱਲ ਨੂੰ ਵੀ ਨੋਟ ਕਰ ਲਓ 10 ਪ੍ਰਕਾਰ ਦੇ ਮੌਲਿਕ ਅਧਿਕਾਰ ਜਿਹੜੇ ਸੌਰੀ ਮੌਲਿਕ ਕਰਤੱਵ ਆ ਉਹ ਅੰਕਿਤ ਕੀਤੇ ਗਏ ਸਨ ਇਸ ਤੋਂ ਬਾਅਦ ਦਸੰਬਰ 2002 ਦੇ ਵਿੱਚ ਲਾਗੂ ਕੀਤੀ ਗਈ 86ਵੀਂ ਸੰਵਿਧਾਨਕ ਸੋਧ ਦੁਆਰਾ ਇਹ ਵਿਵਸਥਾ ਕੀਤੀ ਗਈ ਕਿ ਹਰੇਕ ਮਾਤਾ ਪਿਤਾ ਜਾਂ ਬੱਚਿਆਂ ਦੇ ਸਰਪ੍ਰਸਤਾਂ ਦਾ ਇਹ ਮੌਲਿਕ ਕਰਤੱਵ ਹੈ ਕਿ ਉਹ ਆਪਣੇ ਬੱਚਿਆਂ ਲਈ ਅਜਿਹੀਆਂ ਸਹੂਲਤਾਂ ਤੇ ਅਫਸਰ ਉਪਲਬਧ ਕਰਵਾਉਣ ਜੋ ਸਿੱਖਿਆ ਪ੍ਰਾਪਤ ਕਰਨ ਲਈ ਬੱਚਿਆਂ ਲਈ ਸਹਾਇਕ ਅਤੇ ਉਤਸ਼ਾਹਜਨਕ ਸਿੱਧ ਹੋਣ ਇਸ ਪ੍ਰਕਾਰ ਇਹਨਾਂ ਮੌਲਿਕ ਕਰਤਵਾਂ ਦੀ ਸੰਖਿਆ 11 ਹੋ ਗਈ। ਤਾਂ ਜਿਹੜੇ ਆਪਾਂ ਇਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਪੜਾਂਗੇ ਪਰ ਲੈ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਸਾਡੇ ਸੰਵਿਧਾਨ ਦੇ ਵਿੱਚ ਜਦੋਂ ਨਿਰਮਾਣ ਹੋਇਆ ਉਦੋਂ ਇਹਨਾਂ ਨੂੰ ਅੰਕਿਤ ਨਹੀਂ ਕੀਤਾ ਗਿਆ ਸੀ। ਇਹਨਾਂ ਨੂੰ 42ਵੀਂ ਸੋਧ ਰਾਹੀਂ 1976 ਦੇ ਵਿੱਚ ਅੰਕਿਤ ਕੀਤਾ ਗਿਆ ਔਰ ਜਿਹੜਾ ਨਵਾਂ ਭਾਗ ਅੰਕਿਤ ਕੀਤਾ ਗਿਆ ਸੀ 4ਥੇ ਉਹਦੇ ਵਿੱਚ ਇਹਨਾਂ ਨੂੰ ਅੰਕਿਤ ਕੀਤਾ ਗਿਆ ਸੀ ਔਰ 10 ਮੌਲਿਕ ਅਧਿਕਾਰ ਅੰਕਿਤ ਕੀਤੇ ਗਏ ਸੀ 1976 ਦੇ ਵਿੱਚ ਔਰ ਇਸ ਟਾਈਮ ਕੀ ਹੈ 11 ਮੌਲਿਕ ਕਰਤਵ ਹੈ। ਕਿਉਂਕਿ ਜਿਹੜੀ 86ਵੀਂ ਸੋਧ ਰਾਹੀਂ 2002 ਦੇ ਵਿੱਚ ਜਿਹੜਾ ਹਰੇਕ ਮਾਤਾ ਪਿਤਾ ਦਾ ਬੱਚਾ ਦੇ ਲਈ ਇੱਕ ਕਰਤਵ ਹੈ ਕਿ ਉਹ ਆਪਣੇ ਬੱਚਿਆਂ ਲਈ ਸਹੂਲਤਾਂ ਦੇ ਅਸਰ ਉਪਲਬਧ ਕਰਾਉਣ 11ਵਾਂ ਮੌਲਿਕ ਕਰਤਵ ਹੈ ਉਹ 2002 ਦੇ ਵਿੱਚ ਅੰਕਿਤ ਕੀਤਾ ਗਿਆ ਤਾਂ ਇੰਪੋਰਟੈਂਟ ਕੁਐਸਚਨ ਬਣਦਾ ਕਿ ਜਦੋਂ 1976 ਚ ਸੋਧ ਹੋਈ ਸੀ ਉਦੋਂ 10 ਮੌਲਿਕ ਕਰਤਵ ਸੀ ਹੁਣ ਕਿੰਨੇ ਆ 11 ਮੌਲਿਕ ਕਰਤਵ ਹਨ ਤੇ 11ਵਾਂ ਕਦੋਂ ਅੰਕਿਤ ਕੀਤਾ ਗਿਆ ਉਹ ਡੇਟ ਅਤੇ ਸੋਧ ਵੀ ਤੁਸੀਂ ਯਾਦ ਰੱਖਣੀ ਹੈ ਹੁਣ ਆਪਾਂ ਪੜਾਂਗੇ ਇਹਨਾਂ 11 ਮੌਲਿਕ ਕਰਤਾਵਾਂ ਬਾਰੇ ਤੇ ਸਭ ਤੋਂ ਪਹਿਲਾ ਮੌਲਿਕ ਕਰਤਵ ਹੈ ਸੰਵਿਧਾਨ ਦੀ ਪਾਲਣਾ ਉਸਦੇ ਆਦਰਸ਼ਾਂ ਸੰਸਥਾਵਾਂ ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਹਰ ਦੇਸ਼ ਦੀ ਵੱਡਮੁੱਲੀ ਸੰਪਤੀ ਹੁੰਦੇ ਹਨ ਅਤੇ ਇਹਨਾਂ ਦੇ ਸਨਮਾਨ ਦੀ ਰੱਖਿਆ ਲਈ ਸੱਚੇ ਰਾਸ਼ਟਰੀਵਾਦੀ ਮਨੁੱਖ ਆਪਣੀ ਜਾਨ ਦਾ ਬਲਦਾਨ ਦੇਣ ਤੋਂ ਵੀ ਸੰਕੋਚ ਨਹੀਂ ਕਰਦੇ ਭਾਰਤੀ ਲੋਕਾਂ ਦੇ ਮਨਾਂ ਵਿੱਚ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਪ੍ਰਤੀ ਸਤਿਕਾਰ ਦੀ ਭਾਵਨਾ ਵਿਕਸਿਤ ਕਰਨ ਲਈ ਹੀ ਮੌਲਿਕ ਕਰਤਾਵਾਂ ਦੇ ਅਧਿਆਇ ਵਿੱਚ ਇਹ ਮਹੱਤਵਪੂਰਨ ਕਰਤੱਵ ਸੀ ਜਿਹੜਾ ਇਹ ਸ਼ਾਮਲ ਕੀਤਾ ਗਿਆ ਸੀ ਹਾਂਜੀ ਇਸ ਤੋਂ ਬਾਅਦ ਅਗਲਾ ਮੌਲਿਕ ਕਰਤਵ ਹੈ ਸਤੰਤਰਤਾ ਲਈ ਕੀਤੇ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਕਰਨਾ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਲੰਬੇ ਸਮੇਂ ਤੱਕ ਭਾਰਤ ਅੰਗਰੇਜ਼ਾਂ ਦਾ ਗੁ拉ਮ ਰਿਆ ਸੀ ਇੱਕ ਲੰਬੇ ਸੰਘਰਸ਼ ਮਗਰੋਂ ਹੀ ਭਾਰਤ ਇਸ ਗੁਲਾਮੀ ਦੀ ਜਿਹੜੀ ਪੰਜਾਲੀ ਆ ਉਸ ਤੋਂ ਮੁਕਤੀ ਪ੍ਰਾਪਤ ਕਰ ਸਕਿਆ ਸੀ। ਸੁਤੰਤਰਤਾ ਪ੍ਰਾਪਤ ਕਰਨ ਲਈ ਕੀਤਾ ਗਿਆ ਲੰਬਾ ਸੰਘਰਸ਼ ਕੁਝ ਵਿਸ਼ੇਸ਼ ਆਦਰਸ਼ਾਂ ਤੇ ਆਧਾਰਿਤ ਸੀ। ਉਹਨਾਂ ਵਿਸ਼ੇਸ਼ ਆਦਰਸ਼ਾਂ ਨੇ ਹੀ ਸੰਘਰਸ਼ ਨੂੰ ਉਤਸ਼ਾਹਿਤ ਕੀਤਾ ਸੀ। ਉਦਾਹਰਨ ਵਜੋਂ ਹਿੰਸਾ ਹਿੰਸਾ ਨੂੰ ਕੱਢ ਦਿਓ। ਹਿੰਸਾ ਐਥੇ ਬੇਟਾ ਇਹ ਗਲਤ ਛੱਪ ਗਿਆ। ਅਹਿੰਸਾ। ਅਹਿੰਸਾ ਸੰਵਿਧਾਨਿਕ ਸਾਧਨਾਂ ਤੇ ਵਿਸ਼ਵਾਸ, ਧਰਮ ਨਿਰਪੱਖਤਾ, ਸਾਂਝਾ ਭਾਈਚਾਰਾ ਰਾਸ਼ਟਰੀ ਇਕਤਾ ਇਹ ਕੁਝ ਵਿਸ਼ੇਸ਼ ਆਦਰਸ਼ ਸੀ ਇਨ੍ਹਾਂ ਆਦਰਸ਼ਾਂ ਸਦਕਾ ਹੀ ਸਾਡੇ ਸੁਤੰਤਰਤਾ ਪ੍ਰਾਪਤੀ ਦਾ ਜਿਹੜਾ ਰਾਹ ਸੀ ਉਹ ਆਸਾਨ ਹੋ ਚੁੱਕਿਆ ਜਾਂ ਭਾਰਤ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਜਿਹੜੀ ਮੁਕਤੀ ਸੀ ਉਹ ਪ੍ਰਾਪਤ ਕੀਤੀ ਸੀ ਇਸ ਲਈ ਜਿਹੜੇ ਆਦਰਸ਼ ਸੀ ਉੱਚ ਆਦਰਸ਼ ਜਿਨ੍ਹਾਂ ਦੇ ਆਧਾਰ ਤੇ ਸਾਡਾ ਸੁਤੰਤਰਤਾ ਜਿਹੜਾ ਪ੍ਰਾਪਤੀ ਦਾ ਜਿਹੜਾ ਸੰਘਰਸ਼ ਸੀ ਉਹ ਚਲਾਇਆ ਗਿਆ ਉਹਨਾਂ ਨੂੰ ਜਿਹੜਾ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਜਿਹੜਾ ਸਨਮਾਨ ਕਰਨਾ ਤੇ ਇਹਨਾਂ ਆਦਰਸ਼ਾਂ ਦੀ ਪਾਲਣਾ ਕਰਨੀ ਵੀ ਸਾਡੇ ਮੌਲਿਕ ਕਰਤਾਵਾਂ ਦੇ ਵਿੱਚ ਸ਼ਾਮਲ ਹੈ ਨਾਗਰਿਕਾਂ ਨੂੰ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਆ ਗਿਆ ਜੀ ਭਾਰਤ ਦੀ ਪ੍ਰਭੂਸੱਤਾ ਏਕਤਾ ਤੇ ਅਖੰਡਤਾ ਦਾ ਸਮਰਥਨ ਤੇ ਰੱਖਿਆ ਕਰਨੀ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਭਾਰਤ ਨੇ ਪੂਰਨ ਰੂਪ ਵਿੱਚ ਪ੍ਰਭਤਾਸ਼ਾਲੀ ਰਾਜ ਦੀ ਹਸਤੀ ਗ੍ਰਹਿਣ ਕੀਤੀ ਹੈ ਭਾਰਤ ਦਾ ਆਪਣਾ ਨਿਸ਼ਚਿਤ ਖੇਤਰ ਹੈ ਜਿਸ ਚ ਵਸਦੇ ਲੋਕ ਏਕਤਾ ਦੀ ਲੜੀ ਵਿੱਚ ਪ੍ਰੋਏ ਹੋਏ ਹਨ ਪਰ ਕੁਝ ਸਵਾਰਥੀ ਲੋਕਾਂ ਨੇ ਭਾਰਤ ਦੇ ਕਿਸੇ ਵਿਸ਼ੇਸ਼ ਖੇਤਰ ਸਬੰਧੀ ਭਾਰਤ ਦੀ ਪ੍ਰਭੂਸੱਤਾ ਨੂੰ ਸਵਕਾਰ ਕਰਨ ਤੋਂ ਸੰਕੋਚ ਕੀਤਾ ਹੈ ਅਜਿਹੇ ਸਵਾਰਥੀ ਲੋਕਾਂ ਨੂੰ ਪ੍ਰੇਰਣਾ ਦੇਣ ਲਈ ਹੀ ਇਹ ਕਰਤਵ ਮੌਲਿਕ ਕਰਤਵਾਂ ਵਾਲੇ ਅਧਿਆਇ ਵਿੱਚ ਅੰਕਿਤ ਕੀਤਾ ਗਿਆ ਹੈ ਹਾਂਜੀ ਅਗਲਾ ਮੌਲਿਕ ਕਰਤਵ ਹੈ ਦੇਸ਼ ਦੀ ਰੱਖਿਆ ਅਤੇ ਲੋੜ ਸਮੇਂ ਰਾਸ਼ਟਰੀ ਸੇਵਾ ਕਰਨਾ ਕਈ ਦੇਸ਼ਾਂ ਵਿੱਚ ਸਰੀਰਕ ਪੱਖ ਤੋਂ ਯੋਗ ਨਾਗਰਿਕ ਲਈ ਕੁਝ ਸਮੇਂ ਲਈ ਸੈਨਿਕ ਸੇਵਾ ਕਰਨੀ ਲਾਜ਼ਮੀ ਹੈ ਪਰ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਇਸ ਘਾਟ ਨੂੰ ਪੂਰਾ ਕਰਨ ਦੇ ਲਈ ਮੌਲਿਕ ਕਰਤਵਾਂ ਵਾਲੇ ਭਾਗ ਵਿੱਚ ਹਰੇਕ ਭਾਰਤੀ ਨਾਗਰਿਕ ਨੂੰ ਲਈ ਲੋੜ ਪੈਂਦੀ ਦੇਸ਼ ਦੀ ਰੱਖਿਆ ਅਤੇ ਰਾਸ਼ਟਰ ਦੀ ਸੇਵਾ ਕਰਨ ਦਾ ਕਰਤਵ ਸ਼ਾਮਿਲ ਕੀਤਾ ਗਿਆ ਹੈ ਹਾਂਜੀ ਅਗਲਾ ਜਿਹੜਾ ਕਰਤਵ ਹੈ ਧਾਰਮਿਕ ਪਛਾਈ ਅਤੇ ਖੇਤਰੀ ਜਾਂ ਵਰਗੀ ਪਿੰਤਾਵਾਂ ਤੋਂ ਉੱਪਰ ਉੱਠ ਕੇ ਭਾਰ ਦੇ ਸਾਰੇ ਲੋਕਾਂ ਵਿੱਚ ਮੇਲ-ਮਲਾਪ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਅਤੇ ਇਸਤਰੀਆਂ ਦੇ ਗੌਰਵ ਤੇ ਨਰਾਦੀ ਕਰਨ ਵਾਲੀਆਂ ਪ੍ਰਥਾਵਾਂ ਦਾ ਤਿਆਗ ਕਰਨਾ ਭਾਰਤ ਵਿੱਚ ਵੱਖ-ਵੱਖ ਧਰਮਾਂ, ਭਾਸ਼ਾਵਾਂ, ਸੱਭਿਆਚਾਰ ਅਤੇ ਇਤਿਹਾਸਿਕ ਪਿਸ਼ੋਕੜ ਦੇ ਲੋਕ ਵਸਦੇ ਹਨ। ਇਨ੍ਹਾਂ ਵਿੱਚ ਹੋਰ ਵੀ ਖੇਤਰੀ ਤੇ ਵਰਗੀ ਪਿੰਤਾਵਾਂ ਮੌਜੂਦ ਹਨ। ਇਸ ਲਈ ਭਾਰਤ ਸਰਕਾਰ ਨੇ ਮੌਲਿਕ ਕਰਤਵਾਂ ਵਾਲੇ ਭਾਗ ਵਿੱਚ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤਵ ਨਿਸ਼ਚਿਤ ਕੀਤਾ ਹੈ ਕਿ ਉਹ ਧਾਰਮਿਕ ਪਛਾਹ ਅਤੇ ਖੇਤਰੀ ਜਾਂ ਵਰਗੀ ਪਿੰਤਾਵਾਂ ਤੋਂ ਉੱਪਰ ਉੱਠ ਕੇ ਭਾਰ ਦੇ ਲੋਕਾਂ ਵਿੱਚ ਸਮੀਲਤਾ ਅਤੇ ਸਾਂਝੀ ਭਾਈਚਾਰਾ ਦੀ ਪਾਲਣਾ ਵਿਕਸਿਤ ਕਰੇ ਕਿਉਂਕਿ ਇਹ ਅਜਿਹਾ ਬਹੁਤ ਜ਼ਰੂਰੀ ਸੀ ਸਾਡੇ ਲੋਕਾਂ ਦੇ ਵਿੱਚ ਇਹ ਪਿੰਤਾਵਾਂ ਹੀ ਨਹੀਂ ਪਾਈਆਂ ਜਾਂਦੀਆਂ ਧਾਰਮਿਕ ਪਛਾਹ ਜਾਂ ਖੇਤਰੀ ਵਰਗਾਂ ਦੇ ਜਾਂ ਵਰਗੀ ਬਲਕਿ ਲੋਕ ਇਹਨਾਂ ਦੇ ਆਧਾਰ ਦੇ ਉੱਤੇ ਇੱਕ ਦੂਸਰੇ ਨੂੰ ਨਫ਼ਰਤ ਵੀ ਕਰਦੇ ਆਂ ਕਈ ਵਾਰ ਇਹਨਾਂ ਦੇ ਆਧਾਰ ਤੇ ਉੱਤੇ ਆਪਸ ਵਿੱਚ ਲੜਾਈ ਝਗੜੇ ਦੰਗੇ ਫਸਾਦ ਵੀ ਹੁੰਦੇ ਆ ਇਸ ਲਈ ਲੋਕਾਂ ਦਾ ਇਹ ਕਰਤਵ ਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਸੀ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਂਝੀ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨ ਹਾਂਜੀ ਭਾਵ ਇਸ ਦੇ ਨਾਲ ਹੀ ਹੈ ਅਗਲਾ ਪੁਆਇੰਟ ਸੀ ਇਸੇ ਕਰਤਵ ਦੇ ਵਿੱਚ ਹੀ ਕਿ ਇਸ ਤਰ੍ਹਾਂ ਦੀ ਸਥਿਤੀ ਨੂੰ ਸੁਧਾਰਨ ਵਾਲਾ ਭਾਵੇਂ ਸਤੰਤਰ ਭਾਰਤ ਵਿੱਚ ਇਸਤਰੀਆਂ ਦੀ ਸਥਿਤੀ ਨੂੰ ਸੁਧਾਰਨ ਸੰਬੰਧੀ ਅਨੇਕਾਂ ਮਹੱਤਵਪੂਰਨ ਕਦਮ ਚੁੱਕੇ ਗਏ ਹਨ ਪਰ ਅਜੇ ਵੀ ਭਾਰਤੀ ਇਸਤਰੀਆਂ ਦੀ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਹੈ ਉਹ ਅਗਿਆਨਤਾ ਦੇ ਹਨੇਰੇ ਵਿੱਚ ਹੈ ਇਸਤਰੀਆਂ ਦੀ ਸਥਿਤੀ ਵਿੱਚ ਸੁਧਾਰ ਕਰਨ ਸੰਬੰਧੀ ਭਾਰਤੀ ਨਾਗਰਿਕਾਂ ਨੂੰ ਪ੍ਰੇਰਿਤ ਕਰਨ ਲਈ ਮੌਲਿਕ ਕਰਤਵਾਂ ਵਾਲੇ ਭਾਗ ਵਿੱਚ ਇਹ ਕਰਤਵ ਅੰਕਿਤ ਕੀਤਾ ਗਿਆ ਹੈ ਕਿ ਉਹ ਇਸਤਰੀਆਂ ਦੇ ਗੌਰਵ ਦੀ ਨਰਾਧੀ ਕਰਨ ਵਾਲੀਆਂ ਪ੍ਰਥਾਵਾਂ ਨੂੰ ਤਿਆਗ ਦੇਣ ਅਗਲਾ ਮੌਲਿਕ ਕਰਤਵ ਹੈ ਸੰਯੁਕਤ ਸਭਿਤਾ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ ਵਰਤਮਾਨ ਜਵਨਕ ਪੀੜ੍ਹੀ ਵਿਦੇਸ਼ੀ ਸਭਿਤਾ ਵਿਸ਼ੇਸ਼ ਕਰਕੇ ਪੱਛਮੀ ਸਭਿਤਾ ਦੇ ਪ੍ਰਭਾਵ ਪ੍ਰਭਾਵ ਅਧੀਨ ਆ ਚੁੱਕੀ ਹੈ ਪਰੰਤੂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤੀ ਸਭਿਆਚਾਰ ਪੱਛਮੀ ਸਭਿਆਚਾਰ ਨਾਲੋਂ ਹਰ ਪੱਖ ਤੋਂ ਸ਼੍ਰੇਸ਼ਟ ਹੈ ਲੋੜ ਹੈ ਜਵਨਕਾਂ ਨੂੰ ਇਸ ਸ਼ਾਨਦਾਰ ਵਿਰਸੇ ਤੋਂ ਜਾਣੂ ਕਰਾਉਣ ਦੀ ਇਸ ਮੰਤਵ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਇਹ ਜਿਹੜਾ ਕਰਤਵ ਹੈ ਅੰਕਿਤ ਕੀਤਾ ਹੈ ਹਰੇਕ ਭਾਰਤੀ ਨਾਗਰਿਕ ਦਾ ਕਰਤਵ ਹੈ ਕਿ ਸੰਯੁਕਤ ਸੱਭਿਆਚਾਰਕ ਵਿਰਸੇ ਦਾ ਆਦਰ ਕਰੇ ਤੇ ਇਸ ਨੂੰ ਕਾਇਮ ਰੱਖੇ ਹਾਂਜੀ ਅਗਲਾ 7ਵੇਂ ਨੰਬਰ ਤੇ ਆ ਗਿਆ ਜੀ ਅਗਲਾ ਕਰਤਵ ਜੰਗਲਾਂ ਝੀਲਾਂ ਨਦੀਆਂ ਅਤੇ ਜੰਗਲੀ ਜੀਵਨ ਅਤੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਨਾ ਅਤੇ ਜੀਵ ਜੰਤੂਆਂ ਪ੍ਰਤੀ ਦਇਆ ਕਰਨਾ ਕੁਦਰਤੀ ਵਾਤਾਵਰਨ ਦੀ ਰੱਖਿਆ ਅਤੇ ਸੁਧਾਰ ਕਰਨ ਨਾਲ ਦੇਸ਼ ਦਾ ਸਰਪੱਖੀ ਵਿਕਾਸ ਹੋ ਸਕਦਾ ਹੈ ਦੇਸ਼ ਵਿੱਚ ਵਸਦੇ ਲੋਕ ਸਵਸਥ ਵਾਤਾਵਰਨ ਚ ਆਪਣਾ ਜੀਵਨ ਪਰਫੁੱਲਤ ਕਰ ਸਕਦੇ ਹਨ ਜੰਗਲੀ ਜੀਵਨ ਦੀ ਰੱਖਿਆ ਤਾਂ ਹੀ ਹੋ ਸਕਦੀ ਹੈ ਜੇਕਰ ਵਿਅਕਤੀ ਜੀਵ ਜੰਤੂਆਂ ਪ੍ਰਤੀ ਦਇਆ ਦਾ ਭਾਵ ਰੱਖਣ ਇਸੇ ਕਾਰਨ ਸੰਵਿਧਾਨ ਦੇ ਮੌਲਿਕ ਕਰਤਵਾਂ ਵਾਲੇ ਭਾਗ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ ਹਾਂਜੀ ਅਗਲਾ ਕਰਤਾ ਪੜਾਂਗੇ ਵਿਗਿਆਨਕ ਸੁਭਾਅ ਮਨੁਵਾਦ ਅਤੇ ਜਾਂਚ ਕਰਨ ਤੇ ਸੁਧਾਰ ਕਰਨ ਦੀ ਭਾਵਨਾ ਵਿਕਸਿਤ ਕਰਨਾ ਭਾਰਤ ਦੀ ਬਸੋਂ ਦਾ ਕਾਫੀ ਵੱਡਾ ਭਾਗ ਵਿਅਰਥ ਰਸਮਾਂ ਰਵਾਜਾਂ ਤੇ ਵਹਿਮਾਂ ਦਾ ਸ਼ਿਕਾਰ ਹੈ ਉਹਨਾਂ ਅੰਦਰ ਵਿਗਿਆਨਕ ਸੁਭਾਅ ਦੀ ਘਾਟ ਹੈ ਭਾਰਤੀ ਸਮਾਜ ਦਾ ਸਰਪੱਖੀ ਸੁਧਾਰ ਤਾਂ ਹੀ ਹੋ ਸਕਦਾ ਹੈ ਜੇਕਰ ਭਾਰਤੀ ਲੋਕ ਵਿਅਰਥ ਦੇ ਵਹਿਮਾਂ ਤੇ ਅੰਧਵਿਸ਼ਵਾਸਾਂ ਦੇ ਪੰਜਿਆਂ ਤੋਂ ਮੁਕਤ ਹੋ ਕੇ ਵਿਗਿਆਨਕ ਸੁਭਾਅ ਤੇ ਮਾਨਵਵਾਦੀ ਭਾਵਨਾ ਵਿਕਸਿਤ ਕਰ ਸਕਣਾ। ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ, ਬਹੁਤ ਸਾਰੇ ਅੰਧਵਿਸ਼ਵਾਸ ਜਿਹੜੇ ਆ ਉਹਨਾਂ ਨੂੰ ਮੰਨਿਆ ਜਾਂਦਾ ਹੈ ਜਾਂ ਲੋਕ ਅੰਧਵਿਸ਼ਵਾਸਾਂ ਦਾ ਪਾਲਣ ਕਰਦੇ ਹਨ। ਇਹ ਇੱਕ ਚੰਗੇ ਨਾਗਰਿਕ ਦਾ ਜਿਹੜਾ ਸੋਚਕ ਨਹੀਂ ਹੈ ਜਾਂ ਇਹ ਦੇਸ਼ ਨੂੰ ਵਿਕਾਸ ਵੱਲ ਨਹੀਂ ਲੈ ਕੇ ਜਾਂਦਾ ਬਲਕਿ ਇਹ ਸਮਾਜ ਨੂੰ ਨਿਗਾਰ ਵੱਲ ਲੈ ਕੇ ਜਾਂਦਾ ਇਸ ਲਈ ਅਜਿਹੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਅਵੋਇਡ ਕਰਕੇ ਅંધ ਵਿਸ਼ਵਾਸਾਂ ਤੋਂ ਬਾਹਰ ਨਿਕਲ ਕੇ ਵਿਰਧ ਦੇ ਵਹਿਮਾਂ ਤੋਂ ਬਚ ਕੇ ਵਿਗਿਆਨਕ ਸੁਭਾਅ ਜਿਹੜਾ ਹੈਗਾ ਅਪਣਾਉਣ ਦੀ ਜ਼ੋਰ ਅਪਡਾਉਣ ਤੇ ਜ਼ੋਰ ਦਿੱਤਾ ਗਿਆ ਹੈ ਅਗਲਾ ਆ ਗਿਆ ਜੀ ਜਨਤਕ ਸੰਪਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰਨਾ ਜਨਤਕ ਸੰਪਤੀ ਸਮੁੱਚੇ ਸਮਾਜ ਦੀ ਮਲਕੀਅਤ ਹੁੰਦੀ ਹੈ ਇਸ ਦੇ ਬਣਾਉਣ ਵਿੱਚ ਦੇਸ਼ ਵਿੱਚ ਵਸਦੇ ਹਰੇਕ ਨਾਗਰਿਕ ਦਾ ਯੋਗਦਾਨ ਹੁੰਦਾ ਹੈ ਜਨਤਕ ਸਮਤੀ ਸਦੀ ਸਾਰਿਆਂ ਦੀ ਸਾਂਝੀ ਸੰਪਤੀ ਜਿਦੇ ਵਿੱਚ ਸਰਕਾਰੀ ਸਕੂਲ ਹਸਪਤਾਲ ਬਿਲਡਿੰਗਾਂ ਵਗੈਰਾ ਆ ਜਾਂਦੀਆਂ ਨੇ ਪਰ ਭਾਰਤੀ ਲੋਕ ਜਨਤਕ ਸੁਪਤੀ ਦੀ ਸੁਰੱਖਿਆ ਪ੍ਰਤੀ ਕੋਈ ਧਿਆਨ ਨਹੀਂ ਦਿੰਦੇ ਅਤੇ ਆਪਣੇ ਸਵਾਰਥੀ ਮੰਤਵ ਲਈ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਅਰਥਾਤ ਜਦੋਂ ਕੋਈ ਦੰਗਾ ਆਪਸਾ ਹੁੰਦਾ ਤਾਂ ਸਰਕਾਰੀ ਪ੍ਰਾਪਰਟੀ ਸਰਕਾਰੀ ਬੱਸਾਂ ਬੱਸ ਸਟੈਂਡ ਜਾਂ ਹੋਰ ਕੋਈ ਸਹੂਲਤ ਵਾਲੀਆਂ ਚੀਜ਼ਾਂ ਜਾਂ ਬਿਲਡਿੰਗਾਂ ਦੀ ਜਿਹੜੀ ਭੰਨ ਤੋੜ ਅਸੀਂ ਆਮ ਦੇਖਦੇ ਹਾਂ ਅਜਿਹੇ ਰੁਝਾਨ ਨੂੰ ਖਤਮ ਕਰਨ ਲਈ ਅਤੇ ਸ਼ਾਂਤਮਈ ਵਾਤਾਵਰਨ ਸਾਬਤ ਕਰਨ ਲਈ ਹੀ ਇਸ ਮੌਲਿਕ ਕਰਤੱਵ ਦੀ ਵਿਵਸਥਾ ਕੀਤੀ ਗਈ ਹੈ। ਅਗਲਾ ਸਾਡਾ 10ਵਾਂ ਕਰਤਵ ਹੈ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦਾ ਯਤਨ ਕਰਨਾ ਤਾਂ ਜੋ ਰਾਸ਼ਟਰ ਜਤਨਾ ਅਤੇ ਪ੍ਰਾਪਤੀਆਂ ਦੇ ਉਚੇਰੇ ਪੱਧਰ ਵੱਲ ਨਿਰੰਤਰ ਵਧਦਾ ਰਹੇ। ਕੋਈ ਵੀ ਰਾਸ਼ਟਰ ਉਦੋਂ ਤੱਕ ਉੱਨਤੀ ਨਹੀਂ ਕਰ ਸਕਦਾ ਜਦੋਂ ਤੱਕ ਉਸ ਰਾਸ਼ਟਰ ਦੇ ਲੋਕਾਂ ਵਿੱਚ ਉੱਚ ਆਦਰਸ਼ ਪ੍ਰਾਪਤ ਕਰਨ ਦੀ ਲਗਨਾ ਹੋਵੇ ਇਸ ਲਈ ਹਰੇਕ ਨਾਗਰਿਕ ਦਾ ਹਰੇਕ ਨਾਗਰਿਕ ਨੂੰ ਕਾਜ ਦੇ ਪੱਖ ਤੋਂ ਉਤਮਤਾ ਵਰਪੂਰ ਯਤਨ ਕਰਨੇ ਚਾਹੀਦੇ ਹਨ ਅਰਥਾਤ ਉਹਨਾਂ ਨੂੰ ਸਕਿੱਲਫੁਲ ਹੋਣਾ ਚਾਹੀਦਾ ਹੈ ਉਹਨਾਂ ਨੂੰ ਵੱਤੋ ਵੱਤ ਗਿਆਨ ਹਾਸਲ ਕਰਨਾ ਚਾਹੀਦਾ ਹੈ ਵੱਤੋ ਵੱਤ ਨੋਲਿਜ ਗ੍ਰਹਿਣ ਕਰਨੀ ਚਾਹੀਦੀ ਹੈ ਤਾਂ ਜੋ ਰਾਸ਼ਟਰ ਦੇ ਪੁਨਰਨਿਰਮਾਣ ਵਿੱਚ ਆਪਣਾ ਸਵੱਜਾ ਦੋਗਦਾਂ ਦੇ ਸਕਣ ਇਸੇ ਕਾਰਨ ਸਮਾਲ ਕਰਤਵ ਦੀ ਵਿਵਸਥਾ ਕੀਤੀ ਗਈ ਹੈ ਜੇਕਰ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਤਾਂ ਉਹ ਦੇਸ਼ ਕਿਵੇਂ ਵਿਕਸਿਤ ਹੋਵੇਗਾ ਇਸ ਲਈ ਉੱਥੋਂ ਦੇ ਜੇਕਰ ਨਾਗਰਿਕਾਂ ਨੂੰ ਜੇਕਰ ਉਹ ਗੁਣਾ ਨਾਲ ਭਰਪੂਰ ਹਨ ਉਹਨਾਂ ਕੋਲ ਸਕਿੱਲ ਹਨ ਉਹਨਾਂ ਕੋਲ ਯੋਗਤਾ ਹਨ ਉਹਨਾਂ ਨੇ ਬਹੁਤ ਜਾਣਕਾਰੀ ਹਾਸਲ ਕੀਤੀ ਹੋਈ ਹੈ ਬਹੁਤ ਕੁਝ ਸਿੱਖਿਆ ਹੋਇਆ ਹੈ ਚੰਗਾ ਤਾਂ ਉਹ ਦੇਸ਼ ਅਵਸ਼ਿ ਹੀ ਜਿਹੜਾ ਹੈ ਉਹ ਵਿਕਸਿਤ ਹੋਵੇਗਾ ਜਾਂ ਤਰੱਕੀ ਕਰੇਗਾ ਇਸ ਤੋਂ ਬਾਅਦ ਜੀ ਅਗਲਾ ਕਰਤਵ ਹੈ ਮਾਤਾ ਪਿਤਾ ਦੁਆਰਾ ਆਪਣੇ ਬੱਚਿਆਂ ਲਈ ਸਿੱਖਿਆ ਸੰਬੰਧੀ ਅਵਸਰਾਂ ਦੀ ਵਿਵਸਥਾ ਕਰਨਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਅਧਿਕਾਰ 1976 ਵਿੱਚ ਜਦੋਂ ਚੌਥਾ ਭਾਗ ਫੋਰਥ ਇਹ ਮੌਲਿਕ ਕਰਤਵ ਸ਼ਾਮਿਲ ਕੀਤਾ ਗਿਆ ਸੀ ਉਸ ਸਮੇਂ ਇਹ ਕਰਤਵ ਨਹੀਂ ਸੀ ਬਲਕਿ ਇਹਦੀ ਜਿਹੜੀ ਵਿਵਸਥਾ ਹੈ ਉਹ 2002 ਦੇ ਵਿੱਚ 86ਵੇਂ ਸੰਵਿਧਾਨਕ ਸੋਧ ਰਾਹੀਂ ਕੀਤੀ ਗਈ ਹੈ ਇਸ ਰਾਹੀਂ ਮੌਲਿਕ ਕਰਤਵਾਂ ਦੇ ਭਾਗ ਵਿੱਚ ਫੋਰਥ ਇਹ ਤੇ ਅਨਸ਼ੇਦ 51 ਇਹ ਵਿੱਚ ਇੱਕ ਹੋਰ ਮੌਲਿਕ ਕਰਤਵ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਹ ਕਰਤਵ ਕੀ ਹੈ ਹਰੇਕ ਮਾਤਾ ਪਿਤਾ ਅਤੇ ਬੱਚਿਆਂ ਦੇ ਸਰਪ੍ਰਸਤਾਂ ਦਾ ਇਹ ਮੌਲਿਕ ਕਰਤਵ ਹੈ ਕਿ ਉਹ ਬੱਚਿਆਂ ਲਈ ਅਜਿਹੇ ਅਫਸਰ ਉਪਲਬਧ ਕਰਾਉਣ ਜੋ ਕਿ ਉਹਨਾਂ ਦੀ ਮੁੱਢਲੀ ਸਿੱਖਿਆ ਲਈ ਸਹਾਇਕ ਸਦੋਂ ਇਹ ਸੀ ਸਾਡੇ ਸੰਵਿਧਾਨ ਦੇ ਭਾਗ 4 ਅ ਅਨਸ਼ੇਦ 51 A ਵਿੱਚ ਅੰਕਿਤ 11 ਮੌਲਿਕ ਕਰਤਵ ਹੁਣ ਅਸੀਂ ਪੜਾਂਗੇ ਮੌਲਿਕ ਕਰਤਵਾਂ ਦੀ ਅਲੋਚਨਾ ਕਿਉਂਕਿ ਹਰ ਚੀਜ਼ ਦੇ ਪਿੱਛੇ ਕੁਝ ਨਾ ਕੁਝ ਕਮੀਆਂ ਜ਼ਰੂਰ ਹੁੰਦੀਆਂ ਹਨ ਉਹਨਾਂ ਨੂੰ ਡਿਸਕਸ ਕਰਨਾ ਵੀ ਲਾਜ਼ਮੀ ਹੁੰਦਾ ਹੈ ਤਾਂ ਆਲੋਚਕਾਂ ਨੇ ਮੌਲਿਕ ਕਰਤਵਾਂ ਦੀਆਂ ਕੁਝ ਕਮੀਆਂ ਦਸੀਆਂ ਹਨ ਕਰਤਵਾਂ ਪਿੱਛੇ ਕਾਨੂੰਨੀ ਸ਼ਕਤੀ ਹੈ ਅਸਲ ਦੇ ਵਿੱਚ ਕਰਤਵ ਉਹ ਹੁੰਦੇ ਹਨ ਜੋ ਨਿਆਂਯੋਗ ਨਹੀਂ ਹਨ ਅਰਥਾਤ ਉਹ ਸਿਰਫ ਨਿਰਦੇਸ਼ ਹੁੰਦੇ ਹਨ ਉਹਨਾਂ ਪਿੱਛੇ ਕਾਨੂੰਨੀ ਸ਼ਕਤੀ ਨਹੀਂ ਹੁੰਦੀਗੀ ਉਹਨਾਂ ਨੂੰ ਅਦਾਲਤਾਂ ਰਾਹੀਂ ਲਾਗੂ ਨਹੀਂ ਕਰਵਾਇਆ ਜਾ ਸਕਦਾ ਪਰ ਫਿਰ ਵੀ ਸਾਡੇ ਜਿਹੜੇ ਕਰਤੱਵ ਨੇ ਉਹਨਾਂ ਦੇ ਵਿੱਚੋਂ ਕੁਝ ਕਰਤੱਵ ਅਜਿਹੇ ਹਨ ਜਿਨ੍ਹਾਂ ਪਿੱਛੇ ਕਾਨੂੰਨੀ ਸ਼ਕਤੀ ਹੈ ਜਿਨ੍ਹਾਂ ਪਿੱਛੇ ਨੂੰ ਨਾ ਮੰਨਣ ਤੇ ਦੰਡ ਦਿੱਤਾ ਜਾ ਸਕਦਾ ਹੈ ਜਿਵੇਂ ਰਾਸ਼ਟਰੀ ਝੰਡੇ ਦੀ ਨਰਾਦਰੀ ਜੇਕਰ ਕੋਈ ਵਿਅਕਤੀ ਰਾਸ਼ਟਰੀ ਝੰਡੇ ਦੀ ਨਰਾਦਰੀ ਕਰਦਾ ਹੈ ਤਾਂ ਉਹਨੂੰ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਂਦਾ ਹੈ ਕੁਝ ਕਰਤਵ ਸਪਸ਼ਟ ਹਨ ਤਾਂ ਜਿਹੜਾ ਪਹਿਲਾ ਪੁਆਇੰਟ ਸੀ ਕਰਤੱਵਾਂ ਪਿੱਛੇ ਕਾਨੂੰਨੀ ਸ਼ਕਤੀ ਅਰਥਾਤ ਚਾਹੇ ਇਹਨਾਂ ਨੂੰ ਕਿਹੜਾ ਕਰਤਵ ਗਿਆ ਹੈ ਇੰਨਾ ਪਿਛੇ ਕਾਨੂੰਨੀ ਸ਼ਕਤੀ ਨਹੀਂ ਮੰਨੀ ਜਾਂਦੀ ਪਰ ਕੁਝ ਕਰਤੱਵ ਜਿਹੇ ਹਨ ਜਿਨ੍ਹਾਂ ਪਿਛੇ ਕਾਨੂੰਨੀ ਸ਼ਕਤੀ ਕੰਮ ਕਰਦੀ ਹੈ ਇਹ ਆਲੋਚਕਾਂ ਨੇ ਇਸ ਨੂੰ ਇਹਦੀ ਆਲੋਚਨਾ ਕੀਤੀ ਹੈ ਤਾਂ ਕੁਝ ਕਰਤੱਵ ਸਪਸ਼ਟ ਹਨ ਆਲੋਚਕਾਂ ਦਾ ਇਹ ਮੰਨਣਾ ਹੈ ਕਿ ਜਿਹੜੇ ਕਰਤੱਵ ਸਾਡੇ ਅੰਕਿਤ ਕੀਤੇ ਗਏ ਹਨ ਉਹਨਾਂ ਦੇ ਵਿੱਚ ਕੁਝ ਅਸਪਸ਼ਟਤਾ ਨਜ਼ਰ ਆਉਂਦੀ ਹੈ ਜਿਵੇਂ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨ ਲਈ ਕਿਹਾ ਗਿਆ ਹੈ ਕਿ ਹਰੇਕ ਭਾਰਤੀ ਨਾਗਰਿਕ ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰੇਗਾ ਪਰ ਹੁਣ ਇਹ ਕੌਣ ਡਿਫਾਈਨ ਕਰੇਗਾ ਇਹਦੀ ਵਿਆਖਿਆ ਕਰਨ ਕਰੇਗਾ ਕਿ ਸੰਯੁਕਤ ਸੱਭਿਆਚਾਰ ਹੈ ਕੀ ਇਸ ਲਈ ਉਹਨਾਂ ਨੇ ਮੰਨਿਆ ਕਿ ਇਹ ਕੁਝ ਕਰਤਾਵਾਂ ਜਿਹੜੇ ਸਪਸ਼ਟ ਹੈ ਕੁਝ ਮਹੱਤਵਪੂਰਨ ਕਰਤਾਵਾਂ ਦੀ ਅਣਹੋਂਦ ਇਸ ਤੋਂ ਇਲਾਵਾ ਆਲੋਚਕ ਮੰਨਦੇ ਹਨ ਕਿ ਚਾਹੇ ਕਾਫੀ ਕਰਤਵ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ ਪਰ ਫਿਰ ਵੀ ਜਿਸ ਤਰ੍ਹਾਂ ਦੀਆਂ ਸਥਿਤੀਆਂ ਹਨ ਉਸ ਤਰੀਕੇ ਨੂੰ ਦੇਖੀਏ ਤਾਂ ਬਹੁਤ ਸਾਰੇ ਕਰਤਵ ਹਨ ਜਿਹੜੇ ਸ਼ਾਮਿਲ ਕਰਨੇ ਬਣਦੇ ਹਨ ਜਿਵੇਂ ਭ੍ਰਿਸ਼ਟਾਚਾਰ ਵੱਧ ਰਿਹਾ ਹੈ ਬਹੁਤ ਵੱਡੀ ਬਰਾਈ ਹੈ ਭ੍ਰਿਸ਼ਟਾਚਾਰ ਇਹਨੂੰ ਮੌਲਿਕ ਕਰਤਵਾਂ ਦੇ ਵਿੱਚ ਸ਼ਾਮਿਲ ਕਰਨਾ ਜਾਤ ਪਾਤ ਜਿਹੜੀ ਹੈਗੀ ਹੈ ਉਹਨੂੰ ਬੜਾ ਭਾਰ ਦੇ ਵਿੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈਗੀ ਹੈ ਜਾਂ ਜਾਤ ਪਾਤ ਦੀ ਪ੍ਰਥਾ ਜਾਂ ਬਰਾਈ ਪ੍ਰਚਲਿਤ ਹੈ ਉਹਨੂੰ ਖਤਮ ਕਰ ਲਈ ਵੀ ਮੌਲਿਕ ਕਰਤਵਾਂ ਨੂੰ ਸ਼ਾਮਿਲ ਕਰਨਾ ਬਣਦਾ ਹੈ ਮੌਲਿਕ ਕਰਤਵਾਂ ਦੀ ਵਿਵਸਥਾ ਸੰਵਿਧਾਨ ਵਿੱਚ ਉਚਿਤ ਥਾਂ ਤੇ ਨਹੀਂ ਹੈ। ਤਾਂ ਕੋਜਲੋਜੀ ਕੀ ਕਹਿੰਦੇ ਇਹ ਉਚਿਤ ਥਾਂ ਤੇ ਨਹੀਂ ਹੈ ਕਿੱਥੇ ਹੋਣੀ ਚਾਹੀਦੀ ਸੀ ਕਹਿੰਦੇ ਇਹ ਹੋਣੀ ਚਾਹੀਦੀ ਸੀ ਮੌਲਿਕ ਅਧਿਕਾਰਾਂ ਦੇ ਨਾਲ ਕਿਉਂਕਿ ਮੌਲਿਕ ਅਧਿਕਾਰ ਤੇ ਕਰਤੱਵ ਇੱਕੋ ਜਿਹੇ ਦੇ ਦੋ ਪਾਸੇ ਹਨ ਅਰਥਾਤ ਮੌਲਿਕ ਅਧਿਕਾਰ ਤੇ ਕਰਤੱਵ ਆਪਸ ਦੇ ਵਿੱਚ ਬਿਲਕੁਲ ਅੰਤਰ ਸਬੰਧਤ ਹੈ ਤਾਂ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਦੇ ਵਿੱਚ ਜਾਂ ਉਹਦੇ ਨਾਲ ਹੀ ਹੋਣੀ ਚਾਹੀਦੀ ਸੀ ਪਰ ਇਹ ਕੀ ਹੈ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ ਉਦੋਂ ਬਾਅਦ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਹੈ ਉਸ ਤੋਂ ਬਾਅਦ ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਹਨ ਤਾਂ ਉਹਨਾਂ ਦਾ ਮੰਨਣਾ ਕਿ ਸੰਵਿਧਾਨ ਦੇ ਵਿੱਚ ਜਿਹੜੀ ਇਹਨਾਂ ਦੀ ਵਿਵਸਥਾ ਹੈ ਉਹ ਉਚਿਤ ਥਾਂ ਤੇ ਏਸੀ ਮੌਲਿਕ ਕਰਤਵਾਂ ਦੀ ਆਲੋਚਨਾ ਤੇ ਹੁਣ ਅਸੀਂ ਅੱਗੇ ਪੜ੍ਹਦੇ ਹਾਂ ਮੌਲਿਕ ਕਰਤਵਾਂ ਦੀ ਮਹੱਤਤਾ ਠੀਕ ਹੈ ਕਿ ਕੁਝ ਦੋਸ਼ ਹੁੰਦੇ ਨੇ ਪਰ ਫਿਰ ਵੀ ਅਸੀਂ ਇਹ ਮੰਨਦੇ ਹਾਂ ਕਿ ਮੌਲਿਕ ਕਰਤਵ ਜਿਹੜੇ ਦੋਸ਼ ਹੋਣ ਦੇ ਬਾਵਜੂਦ ਜਾਂ ਦੀ ਆਲੋਚਨਾ ਕੀਤੇ ਜਾਂਦੇ ਬਾਵਜੂਦ ਇਹਨਾਂ ਦੀ ਆਪਣੀ ਇੱਕ ਮਹੱਤਤਾ ਹੈ ਤਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਘਰ ਦੀ ਪੂਰਤੀ ਤਾਂ ਅਸੀਂ ਇਹ ਜਿਹੜੇ ਭਾਰਤੀ ਭਾਰਤ ਦੇ ਲੋਕ ਲੰਮੀ ਵਿਦੇਸ਼ੀ ਗੁਲਾਮੀ ਤੋਂ ਸੁਤੰਤਰ ਹੋਏ ਸੀਗੇ ਉਹਨਾਂ ਨੂੰ ਅਧਿਕਾਰ ਤਾਂ ਮਿਲ ਗਏ ਪਰ ਨਾਲ ਕਰਤੱਵ ਨਹੀਂ ਸੀਗੇ ਇਹ ਬੜੀ ਵੱਡੀ ਘਾਟ ਸੀ ਸੰਵਧਾਨ ਦੀ ਕਿ ਲੋਕਾਂ ਨੂੰ ਅਧਿਕਾਰ ਤਾਂ ਦੇ ਦਿੱਤੇ ਗਏ ਪਰ ਉਹਨਾਂ ਨੂੰ ਕਰਤੱਵ ਨਹੀਂ ਨਿਸ਼ਚਿਤ ਕੀਤੇ ਗਏ ਕਿਉਂਕਿ ਲੋਕਾਂ ਦੇ ਸਮਾਜ ਪ੍ਰਤੀ ਜਿੱਥੇ ਅਧਿਕਾਰ ਮੰਨਣ ਦਾ ਉਹਨਾਂ ਨੂੰ ਹੱਕ ਹੈ ਉੱਥੇ ਉਹਨਾਂ ਦੇ ਕੁਝ ਕਰਤੱਵ ਵੀ ਬੰਦੇ ਨੇ ਤਾਂ ਕਿ ਦੂਜੇ ਲੋਕ ਆਪਣੇ ਅਧਿਕਾਰਾਂ ਨੂੰ ਮਾਨ ਸਕਣ ਇਸ ਲਈ ਉਹ ਜਿਹੜੀ ਘਾਟ ਸੀ ਉਹਨੂੰ 42ਵੀਂ ਸੋਧ ਰਾਹੀਂ ਜਿਹੜਾ ਹੈ ਪੂਰਾ ਕੀਤਾ ਗਿਆ ਵਿਵਾਦਹੀਨ ਅਦਰਸ਼ ਵਿਵਾਦਹੀਨ ਅਦਰਸ਼ ਜਿਹੜੇ ਮੌਲਿਕ ਕਰਤਵ ਹਨ ਇਹ ਅਜਿਹੇ ਦਰਸ਼ਨ ਜਿਨ੍ਹਾਂ ਸੰਬੰਧੀ ਵਿਅਕਤੀਆਂ ਦੇ ਵੱਖ-ਵੱਖ ਜਾਂ ਵਿਰੋਧੀ ਵਿਚਾਰ ਨਹੀਂ ਹੋ ਸਕਦੇਗੇ ਅਰਥਾਤ ਇਹਦੇ ਵਿੱਚ ਦੋ ਪੱਖ ਨਹੀਂ ਹੋ ਸਕਦੇਗੇ ਕਿ ਕੁਝ ਲੋਕ ਕਹਿਣ ਨੂੰ ਮੰਨਿਆ ਜਾਣਾ ਚਾਹੀਦਾ ਹੈ ਕੁਝ ਲੋਕ ਕਹਿਣ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਅਰਥਾਤ ਜਿੰਨੇ ਵੀ ਕਰਤਵ ਸ਼ਾਮਿਲ ਕੀਤੇ ਗਏ ਆ ਇਹ ਵਿਵਾਦਹੀਨ ਅਦਰਸ਼ ਆਰਥਾਤ ਇਹਨਾਂ ਬਾਰੇ ਕੋਈ ਵਿਵਾਦ ਨਹੀਂ ਹੈ ਕਿ ਇਹਨਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਬਲਕਿ ਇਹਨਾਂ ਨੂੰ ਲਾਗੂ ਕਰਨ ਨਾਲ ਮੰਨਣ ਨਾਲ ਇਹਨਾਂ ਦਾ ਪਾਲਣ ਕਰਨ ਨਾਲ ਸਮਾਜ ਦੀ ਭਲਾਈ ਹੀ ਹੋਵੇਗੀ ਦੇਸ਼ ਦੀ ਭਲਾਈ ਹੀ ਹੋਵੇਗੀ ਨੈਤਿਕ ਸਰੂਪ ਤਾਂ ਜਿਹੜੇ ਇਹ ਕਰਤਵ ਨੇ ਇਹਨਾਂ ਇਹ ਨੈਤਿਕ ਸਰੂਪ ਦੇ ਨੇ ਅਰਥਾਤ ਜੋ ਵੀ ਵਿਵਸਥਾ ਇਹਨਾਂ ਦੇ ਵਿੱਚ ਕੀਤੀ ਗਈ ਹੈ ਉਹਦੇ ਵਿੱਚ ਚਾਹੇ ਦੰਡ ਦੇਣ ਦੀ ਕੋਈ ਵਿਵਸਥਾ ਨਹੀਂ ਹੈ ਉਹਦੇ ਵਿੱਚ ਕਿਸੇ ਨੂੰ ਉਹਦੀ ਉਲੰਘਣਾ ਕਰਦੇ ਦੰਡ ਨਹੀਂ ਦਿੱਤਾ ਜਾ ਸਕਦਾ ਪਰ ਇਹ ਨੈਤਿਕ ਸਰੂਪ ਦੇ ਆ ਨੈਤਿਕ ਸਰੂਪ ਤੋਂ ਮਹੱਤਵ ਹੈ ਇਹਨਾਂ ਦਾ ਕਿਉਂਕਿ ਇਹਨਾਂ ਦੀ ਪਾਲਣਾ ਕਰਨ ਦੇ ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ ਇੱਕ ਚੰਗੇ ਰષ્ટ્ર ਦਾ ਵਿਕਾਸ ਹੁੰਦਾ ਔਰ ਸਮਾਜ ਵਿਰੋਧੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਠੱਲ ਪੈਂਦੀ ਹੈ ਤਾਂ ਇਹ ਸੀ ਮੌਲਿਕ ਕਰਤਾਵਾਂ ਦੀ ਮਹੱਤਤਾ ਤਾਂ ਅੱਜ ਅਸੀਂ ਮੌਲਿਕ ਕਰਤਵ ਉਹਨਾਂ ਨੂੰ ਕਦੋਂ ਸ਼ਾਮਲ ਕੀਤਾ ਗਿਆ ਉਹਨਾਂ ਦੀ ਗਿਣਤੀ 11 ਕਦੋਂ ਹੋਈ ਉਨ੍ਹਾਂ ਦੀ ਆਲੋਚਨਾ ਅਤੇ ਮਹੱਤਵ ਪੂਰੇ ਮਹੱਤਵ ਬਾਰੇ ਜਿਹੜੀ ਜਾਣਕਾਰੀ ਹਾਸਲ ਕੀਤੀ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਫਿਰ ਵੀ ਜੇਕਰ ਕੋਈ ਸੁਝਾਅ ਹੈ ਵੀਡੀਓ ਦੇ ਥੱਲੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੇ ਇਹਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਥੈਂਕ ਯੂ